ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਕਸੈਸਟਰੀ ਦੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਸクセਸ ਸਟਰੀ ਦੇ ਚੈਨਲ ਨਾਲ ਜੁੜੇ ਹੋਏ ਆਲਰੇਡੀ ਤੁਹਾਨੂੰ ਪਤਾ ਸ਼ੁਰੂ ਤੋਂ ਸਾਡਾ ਜਿਹੜਾ ਮੇਨ ਮੋਟਿਵ ਰਿਹਾ ਹੈ ਆਪਣਾ ਜਿਹੜਾ ਗੋਲ ਰਿਹਾ ਹੈ ਉਹ ਤੁਹਾਡੀ ਸクセਸ ਰਹੀ ਹੈ ਤੇ ਪੰਜਾਬ ਦੇ ਮਾਹੌਲ ਦੀ ਜੇ ਅੱਜ ਕੱਲ ਆਪਾਂ ਗੱਲ ਕਰੀਏ ਤੁਸੀਂ ਦੇਖ ਰਹੇ ਹੋਣੇ ਪੇਪਰ ਆ ਵੀ ਰਹੇ ਨੇ ਹੋ ਵੀ ਰਹੇ ਨੇ ਰਿਜ਼ਲਟਸ ਵੀ ਆ ਰਹੇ ਨੇ ਰਾਈਟ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਸੀ ਨੈਗੇਟਿਵਿਟੀ ਹੈਗੀ ਹੈ ਮਾਹੌਲ ਵਿੱਚ ਪੜਾਈ ਦਾ ਜੀ ਨਹੀਂ ਕਰ ਰਿਹਾ ਬੱਚੇ ਤਿਆਰੀਆਂ ਸ਼ੁਰੂ ਨਹੀਂ ਕਰ ਰਹੇ ਸੀ ਇਸ ਟਾਈਮ ਤੇ ਮਾਹੌਲ ਬਹੁਤ ਪੋਜ਼ਿਟਿਵ ਹੈ ਤੇ ਹੁਣ ਸਾਰਿਆਂ ਨੂੰ ਸੈਂਸਿਟਾਈਜ਼ ਹੋਣ ਦੀ ਲੋੜ ਹੈ ਸਾਰਿਆਂ ਨੂੰ ਅੱਗੇ ਵੱਧ ਕੇ ਤਿਆਰੀ ਕਰਨ ਬੇ ਸਮੇਤੋਂ ਬਹੁਤ ਸਾਰੀਆਂ ਕਾਲਸ ਰਿਕੁਐਸਟਸ ਸਾਡੇ ਟੈਲੀਗ੍ਰam ਚੈਨਲ ਤੇ YouTube ਚੈਨਲ ਦੇ ਥੱਲੇ ਕਮੈਂਟਸ ਦੇ ਵਿੱਚ ਡਾਇਰੈਕਟ ਫੋਨ ਕਾਲਸ ਅਸੀਂ ਰੀਸੀਵ ਕਰ ਰਹੇ ਹਾਂ ਕਿ ਸਰ ਅੱਗੇ ਹੁਣ ਕਿਵੇਂ ਪਲੈਨਿੰਗ ਕਰੀਏ ਬਹੁਤ ਸਾਰੇ ਪੇਪਰ ਆ ਰਹੇ ਨੇ ਹੈਨਾ ਵੀ ਅਸੀਂ ਕਿਹੜੇ ਕੋਰਸ ਤੇ ਫੋਕਸ ਕਰੀਏ ਆਪਾਂ ਹਰ ਇੱਕ ਪੇਪਰ ਲਈ ਅਲੱਗ ਕੋਰਸ ਬਾਇ ਕਰੀਏ ਜਾਂ ਕੋਈ ਤੁਹਾਡਾ ਮਾਸਟਰ ਕੋਰਸ ਹੈ ਸਾਰੀ ਇਨਫੋਰਮੇਸ਼ਨ ਦੇਣ ਲਈ ਅੱਜ ਮੈਂ ਇਹ ਛੋਟੀ ਜੀ ਵੀਡੀਓ ਤੁਹਾਡੇ ਸਾਰਿਆਂ ਲਈ ਲੈ ਕੇ ਆਇਆ ਜੇ ਤੁਸੀਂ ਹੁਣ ਰੀਸੈਂਟਲੀ ਨੈਪ ਤਹਿਸੀਲਦਾਰ ਦਾ ਪੇਪਰ ਬੱਚੇ ਦੇਖਿਆ ਹੋਣਾ ਨੈਪ ਤਹਿਸੀਲਦਾਰ ਦੇ ਪੇਪਰ ਦਾ ਲੈਵਲ ਤੁਸੀਂ ਆਰਾਮ ਨਾਲ ਕਹਿ ਸਕਦੇ ਹੋ ਕਿ ਵਧੀਆ ਲੈਵਲ ਬਿਲੋ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਐਕਸਲੈਂਟ ਬੱਚਾ ਜਿਹੜਾ ਪਰਫਾਰਮ ਕਰ ਪਾਇਆ ਉਹ ਇਸ ਕਰਕੇ ਕਰ ਪਾਇਆ ਕਿ ਉਹਦੀ ਤਿਆਰੀ ਕਾਫੀ ਲੰਬੇ ਚਿਰ ਤੋਂ ਚੱਲ ਰਹੀ ਸੀ ਜੇ ਤੁਸੀਂ ਸੋਚ ਰਹੇ ਹੋ ਕਿ ਬਈ 2 ਮਹੀਨੇ 1 ਮਹੀਨਾ 1.5 ਮਹੀਨਾ ਪੜ੍ਹ ਕੇ ਮੈਂ ਪੇਪਰ ਕਲੀਅਰ ਕਰ ਲੈਂਦਾ ਸ਼ਾਇਦ ਉਹ ਪੋਸੀਬਲ ਨਾ ਹੁੰਦਾ ਨੈਪ ਤਹਿਸੀਲਦਾਰ ਦੇ ਪੇਪਰ ਦੇ ਅੰਦਰ ਵੀ ਆਰ ਵੈਰੀ ਪ੍ਰਾਊਡ ਟੂ ਸੇ ਅਸੀਂ ਬਹੁਤ ਪ੍ਰਾਈਡ ਨਾਲ ਇਹ ਕਹਿ ਰਹੇ ਆ ਕਿ ਆਊਟ ਆਫ 120 ਕੁਐਸ਼ਨਸ ਸਾਡੇ ਕੋਲੋਂ ਡਾਇਰੈਕਟ 40 ਕੁਐਸ਼ਨਸ ਅਸੀਂ ਇੱਥੇ ਪੜ੍ਹਾਏ ਹੋਏ ਲੈਕਚਰਸ ਤੋਂ ਡਾਇਰੈਕਟ ਆਏ ਨੇ ਤੁਸੀਂ ਦੇਖ ਰਹੇ ਹੋ ਨੇ ਆਲਰੇਡੀ ਅਸੀਂ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਦੇ ਵਿੱਚ ਅੰਤਰ ਸਰ ਨੇ ਦੱਸਿਆ ਕਿ ਮੈਥ ਦੇ ਰੀਜ਼ਨਿੰਗ ਦੇ ਕੁਐਸ਼ਨਸ ਹਰਜੀਤ मैम ਦੇ ਕਰਾਏ ਹੋਏ ਡਾਇਰੈਕਟ ਆਏ ਨੇ ਤੁਸੀਂ ਦੇਖਿਆ ਹੋਣਾ ਕਿ এনਵਾਇਰਨਮੈਂਟ ਸਾਇੰਸ ਐਂਡ ਟੈਕ ਜੀਓਗ੍ਰਾਫੀ ਦੇ ਪ੍ਰਹਲਾਦ ਸਰ ਦੇ ਕੁਐਸ਼ਨਸ ਡਾਇਰੈਕਟ ਆਏ ਨੇ ਅਨੁਰਾਗ ਸਰ ਦੇ ਕੁਐਸ਼ਨਸ ਡਾਇਰੈਕਟ ਆਏ ਨੇ ਤੇ ਅਸੀਂ ਹੁਣ ਸਾਰਾ ਇਹ ਚੀਜ਼ਾਂ ਨੂੰ ਸਮਝ ਕੇ ਬਹੁਤ ਵੈਲ ਡਿਜ਼ਾਈਨਡ ਮੈਨਰ ਨਾਲ ਅਗਲੇ ਆਉਣ ਵਾਲੇ ਕੋਰਸੇ ਵੀ ਲੈ ਕੇ ਆ ਰਹੇ ਨੇ ਤੁਸੀਂ ਕੋਰਸ ਬਾਏ ਕਰਨਾ ਚਾਹੁੰਦੇ ਹੋ ਕਿਹੜਾ ਪੇਪਰ ਟਾਰਗੇਟ ਕਰ ਰਹੇ ਹੋ ਪਹਿਲਾਂ ਤਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਕੱਲਾ ਇੱਕ ਪੇਪਰ ਟਾਰਗੇਟ ਕਰ ਰਹੇ ਹੋ ਤਾਂ ਤੁਸੀਂ ਇੱਕ ਕੱਲੇ ਇੱਕ ਪੇਪਰ ਦੇ ਉਸ ਪਾਰਟिकुलर ਕੋਰਸ ਨੂੰ ਬਾਏ ਕਰ ਸਕਦੇ ਹੋ ਜੇ ਤੁਸੀਂ ਮਲਟੀਪਲ ਐਗਜ਼ਾਮਸ ਨੂੰ ਟਾਰਗੇਟ ਕਰ ਰਹੇ ਹੋ ਮੇਰੇ ਹਿਸਾਬ ਨਾਲ ਬੈਟਰ ਹੈ ਰਹੇਗਾ ਕਿ ਤੁਸੀਂ ਸਾਡੇ ਮਾਸਟਰ ਕੋਰਸ ਵਿੱਚ انرੋਲ ਕਰੋ ਹੁਣ ਗੱਲ ਜਾਂ ਸਵਾਲ ਇਹ ਆ ਜਾਂਦਾ ਹੈ ਕਿ ਸਰ ਮਾਸਟਰ ਕੋਰਸ ਨੂੰ ਕਿਵੇਂ ਦੇਖੀਏ ਕਿੱਥੇ ਦੇਖੀਏ ਕਿੱਥੇ ਜਾ ਕੇ ਬਾਏ ਕਰੀਏ ਬਹੁਤ ਸਿੰਪਲ ਜਿਹਾ ਪ੍ਰੋਸੈਸ ਹੈ ਮੈਂ ਹੁਣੀ ਐਕਸਪਲੇਨ ਕਰ ਦੂੰਗਾ ਬੱਚੇ ਵੈਬ ਸਾਈਟ ਦਾ ਨਾਮ ਹੈ successtree.in successtree.in ਦੀ ਵੈਬਸਾਈਟ ਤੇ ਤੁਸੀਂ ਜਾ ਕੇ ਐਂਟਰ ਦਬੋਗੇ ਤੁਹਾਨੂੰ ਇਹ ਪ੍ਰੋਪਰ ਇੱਕ ਫਾਰਮ ਪੇਜ ਦਿਖ ਜੇਗਾ ਜਿਹਦੇ ਵਿੱਚ ਆਪਾਂ ਨੂੰ ਇੱਥੇ ਸਟੋਰ ਦੀ ਇੱਕ ਆਪਸ਼ਨ ਦਿਖੇਗੀ ਤੁਸੀਂ ਕੁਝ ਨਹੀਂ ਕਰਨਾ ਸਿਰਫ ਸਟੋਰ ਤੇ ਕਲਿੱਕ ਕਰੋਗੇ ਸਟੋਰ ਤੇ ਕਲਿੱਕ ਕਰਦੇ ਹੀ ਤੁਸੀਂ ਸਾਰੇ ਕੋਰਸਸ ਨੂੰ ਦੇਖ ਸਕਦੇ ਹੋ ਹੁਣ ਬਹੁਤ ਕਨਫਿਊਜ਼ਨ ਹੈ ਇਸ ਕਰਕੇ ਤੁਸੀਂ ਕੈਟਾਗਰੀ ਦੇ ਵਿੱਚ ਜਾ ਕੇ ਕੀ ਕਰਨਾ ਹੈ categories ਵਿੱਚ ਗਏ ਤੇ ਪੰਜਾਬ ਗਵਰਨਮੈਂਟ ਜੌਬਸ ਜਾਂ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਕੈਟਾਗਰੀ ਨੂੰ ਸਿਲੈਕਟ ਕਰ ਲੈਣਾ ਜਿਵੇਂ ਹੀ ਤੁਸੀਂ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਕੈਟਾਗਰੀ ਨੂੰ ਸਿਲੈਕਟ ਕਰੋਗੇ ਥੱਲੇ ਦਿੱਤੇ ਹੋਏ ਤੁਹਾਨੂੰ ਸਾਰੇ ਕੋਰਸਸ ਪੰਜਾਬ ਦੇ ਸਾਰੇ ਦੇ ਸਾਰੇ ਵਿਜ਼ੀਬਲ ਹੋ ਜਾਣਗੇ ਕਲੀਅਰ ਇਹ ਸਾਰੇ ਉਹੀ ਕੋਰਸਸ ਨੇ ਜਿਹੜੇ ਰੀਸੈਂਟਲੀ ਪੇਪਰ ਜਿਨ੍ਹਾਂ ਦੇ ਅਨਾਉਂਸ ਹੋਏ ਨੇ ਜਿਨ੍ਹਾਂ ਦੀ ਵੈਕੈਂਸੀਜ਼ ਆਉਣ ਵਾਲੀਆਂ ਪੇਪਰ ਹੋਣ ਵਾਲਾ ਹੈ 100% ਹੁਣ ਸਵਾਲ ਇਹ ਆ ਜਾਂਦਾ ਕਿ ਕਾਫੀ ਸਾਰੇ ਬੱਚੇ ਹੋਣਗੇ ਜਿਹੜੇ ਸਪੈਸੀਫਿਕਲੀ ਪੀ ਟ੍ਰਿਪਲ ਐਸ ਬੀ ਕਲਰਕ ਦੀ ਤਿਆਰੀ ਕਰ ਰਹੇ ਹਨ ਵੀ ਟਾਰਗੇਟ ਮੇਰਾ ਆਹੀ ਹੈ ਕਿ ਮੈਂ ਪੀ ਟ੍ਰਿਪਲ ਐਸ ਬੀ ਕਲਰਕ ਦੇ ਲੈਵਲ ਦੀ ਤਿਆਰੀ ਕਰਨੀ ਹੈ ਹੁਣ ਇਹਦੇ ਵਾਸਤੇ ਆਪਣਾ ਇੱਕ ਸਪੈਸ਼ਲ ਕੋਰਸ ਵੀ ਹੈ ਜਿਹਦੇ ਵਿੱਚ 100% ਐਫਰਟ ਪਲੀ ਐਸ ਪੀ ਟ੍ਰਿਪਲ ਐਸ ਬੀ ਕਲਰਕ ਦੇ ਲੈਵਲ ਦਾ ਲੱਗੇਗਾ राइट ਇਸ ਦੇ ਕਲਿੱਕ ਕਰੋਗੇ ਤੁਸੀਂ ਬਾਏ ਕਰ ਸਕਦੇ ਹੋ ਇੱਥੇ ਐਡ ਟੂ ਕਾਰਟ ਜਾ ਕੇ ਜਿਵੇਂ ਤੁਸੀਂ ਫਲਿੱਪਕਾਰਟ ਤੇ ਐਮਾਜ਼ਾਨ ਤੇ ਬਾਏ ਕਰਦੇ ਹੋ ਚੀਜ਼ਾਂ ਸਿਮਿਲਰ ਵੇ ਦੇ ਅੰਦਰ ਤੁਸੀਂ ਇੱਥੇ ਚੈੱਕ ਆਊਟ ਕਰੋਗੇ ਚੈੱਕ ਆਊਟ ਕਰਦੇ ਸਾਰੀ ਆਪਣੀ ਸਾਰੀ ਡਿਟੇਲਸ ਇੱਥੇ ਸਾਈਨ ਇਨ ਕਰੋਗੇ ਜੇ ਤੁਸੀਂ ਆਲਰੇਡੀ ਸਾਡੇ ਸਟੂਡੈਂਟ ਹੋ ਜੇ ਆਲਰੇਡੀ ਤੁਹਾਡਾ ਅਕਾਊਂਟ ਬਣਿਆ ਹੋਇਆ ਹੈ ਉਹਦੀ ਵੀ ਆਪਸ਼ਨ ਇੱਥੇ ਦੇਖੋ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੋਣੀ ਲੌਗ ਇਨ ਟੂ ਐਗਜ਼ਿਸਟਿੰਗ ਅਕਾਊਂਟ ਜੇ ਨਹੀਂ ਉਹ ਸਾਡੇ ਸਟੂਡੈਂਟ ਪਹਿਲੀ ਵਾਰ ਕੋਰਸ ਲੈ ਰਹੇ ਹੋ ਤਾਂ ਨਵਾਂ ਅਕਾਊਂਟ ਕ੍ਰੀਏਟ ਕਰ ਸਕਦੇ ਹੋ ਬਾਇ ਕਰ ਸਕਦੇ ਹੋ ਆਟੋਮੈਟਿਕਲੀ ਤੁਹਾਨੂੰ ਈਮੇਲ ਵੀ ਆ ਜਾਏਗੀ ਪੇਮੈਂਟ ਦਾ ਆਪਸ਼ਨ ਆਨਲਾਈਨ ਹੀ ਹੈ ਸਾਰਾ ਸਾਰਾ ਬਹੁਤ ਹੀ ਸਿੰਪਲ ਪ੍ਰੋਸੈਸ ਹੈ ਜਿਵੇਂ ਤੁਸੀਂ ਸਾਰੇ ਅੱਜਕੱਲ ਪਰਚੇਸਸ ਕਰਦੇ ਹੋ ਆਨਲਾਈਨ ਸਿਮILAR ਵੇ ਦੇ ਅੰਦਰ ਇਹਨੂੰ ਵੀ ਪਰਚੇਸ ਕਰ ਸਕਦੇ ਹੋ ਪਰ ਬੱਚੇ ਸਵਾਲ ਇਹ ਹੈ ਹੁਣ ਕਿ ਸਰ ਜੇ ਮੈਂ ਪੀ ਟ੍ਰਿਪਲ ਐਸ ਬੀ ਕਲਰਕ ਦਾ ਪੇਪਰ ਦੇ ਰਿਹਾ ਫਿਰ ਤਾਂ ਮੈਨੂੰ ਪਤਾ ਹੈ ਕਿ ਵੀ ਇਹ ਕੋਰਸ ਹੈ ਮੈਂ ਬਾਏ ਕਰਨਾ ਹੈ ਹਲੇ ਇਹ ਜਿਹੜਾ ਪ੍ਰਾਈਸ ਤੁਸੀਂ ਇੱਥੇ ਦੇਖ ਰਹੇ ਹੋ 399 ਇਹ ਆਪਾਂ ਹੁਣ ਬਹੁਤ ਛੇਤੀ ਇਹਨੂੰ ਡ੍ਰੌਪ ਤੇ ਲੈ ਆਉਂਗੇ ਇਟ ਵਿਲ ਬੀ 299 ਸੋ ਬਾਏ ਕਰਨ ਦਾ ਪ੍ਰਾਈਸ 299 ਰਹੇਗਾ ਕੱਲੇ-ਕੱਲੇ ਕੋਰਸ ਦਾ ਮਤਲਬ ਜੇ ਪੀ ਟ੍ਰਿਪਲ ਐਸ ਬੀ ਸਿਰਫ ਕਲਰਕ ਦੀ ਤਿਆਰੀ ਕਰਨੀ ਹੈ ਯੂ ਵਿਲ ਹੈਵ ਟੂ ਪੇ 299 ਪਰ ਕਾਫੀ ਸਾਰੇ ਬੱਚੇ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਮਲਟੀਪਲ ਐਗਜ਼ਾਮਸ ਨੂੰ ਟਾਰਗੇਟ ਕਰਨਾ ਹੈ राइट मल्टीपल एग्ज़ाम्स नु टारगेट करना है फॉर एग्जांपल ये सारे आन वाले पेपर ने जेड़े आपा जे स्टोर ਦੇ ਅੰਦਰ ਕੈਟਾਗਰੀ ਨੂੰ ਸਿਲੈਕਟ ਕਰੀਏ ਪੰਜਾਬ ਗਵਰਨਮੈਂਟ ਜੌਬਸ ਜਾਂ ਪੰਜਾਬ ਗਵਰਨਮੈਂਟ ਐਗਜ਼ਾਮਸ ਇਹਦੇ ਵਿੱਚ ਤੁਸੀਂ ਜਿਹੜੀ ਇਹ ਸਾਰੀ ਚੀਜ਼ਾਂ ਦੇਖ ਰਹੇ ਹੋ ਪੀ ਟ੍ਰਿਪਲ ਐਸ ਬੀ ਕਲਰਕ ਵੀਡੀਓ ਫੋਰੈਸਟ ਗਾਰਡ ਇਹ ਬਹੁਤ ਛੇਤੀ ਆਪਾਂ ਨੂੰ ਪੇਪਰਾਂ ਦੀ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗੀ ਬਹੁਤ ਛੇਤੀ ਪੇਪਰ ਹੋਣ ਵਾਲੇ ਆ ਜੇ ਤੁਸੀਂ ਮਲਟੀਪਲ ਐਗਜ਼ਾਮਸ ਨੂੰ ਟਾਰਗੇਟ ਕਰ ਰਹੇ ਹੋ ਤਾਂ ਬੈਟਰ ਇਹ ਰਹੇਗਾ ਕਿ ਤੁਸੀਂ ਸਾਡੇ ਮਾਸਟਰ ਕੋਰਸ ਦੇ ਵਿੱਚ انرੋਲ ਕਰ ਲੋ ਮਾਸਟਰ ਕੋਰਸ ਦੀ ਬਿਊਟੀ ਕੀ ਹੈ ਮੈਂ ਕਿਉਂ ਮਾਸਟਰ ਕੋਰਸ ਤੁਹਾਨੂੰ ਸੁਜੈਸਟ ਕਰ ਰਿਹਾ ਹਾਂ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਨੇ ਮਲਟੀਪਲ ਐਗਜ਼ਾਮਸ ਨੂੰ ਟਾਰਗੇਟ ਕਰਨਾ ਹੈ ਤੁਸੀਂ ਬਾਰ-ਬਾਰ 299299 ਦੇਣ ਤੋਂ ਬੈਟਰ ਹੈ ਕਿ ਤੁਸੀਂ ਇੱਕ ਵਾਰ 399 ਪੇ ਕਰੋਗੇ ਤੇ ਸਾਰੇ ਦੇ ਸਾਰੇ ਕੋਰਸਿਸ ਇਹਦੇ ਵਿੱਚ ਅਪ ਟੂ 6 ਮੰਥਸ ਜਿੰਨੇ ਵੀ ਪੇਪਰ ਆ ਰਹੇ ਨੇ ਉਹ ਸਾਰੇ ਇਹਦੇ ਵਿੱਚ ਇਨਕਲੂਡਡ ਰਹੋਗੇ ਚਾਹੇ ਉਹ پی ਟ੍ਰਿਪਲ ਐਸਬੀ ਕਲਰਕ ਹੋਵੇ ਫਿਰ ਚਾਹੇ ਉਹ ਵੀਡੀਓ ਦਾ ਪੇਪਰ ਹੋਵੇ ਜਾਂ ਕੋਈ ਵੀ ਹੋਰ ਪੇਪਰ ਜਦੀ ਨੋਟੀਫਿਕੇਸ਼ਨ ਅੱਜ ਕੱਲ ਪਰਸੋਂ ਆ ਸਕਦੀ ਹੈ ਤਾਂ ਪੰਜਾਬ ਦਾ ਬੈਸਟ ਤਰੀਕਾ ਟੂ ਪ੍ਰੀਪੇਅਰ ਜਾਂ ਫਿਰ ਸਿੰਗਲ ਕੋਰਸ ਲੈਣੇ ਹੈ ਸਿੰਗਲ ਕੋਰਸ ਤੇ ਤੁਸੀਂ ਜਾ ਸਕਦੇ ਹੋ ਜਾਂ ਫਿਰ ਦ ਬੈਸਟ ਸੁਜੈਸ਼ਨ ਇਜ਼ ਤੁਹਾਡੇ ਸਾਰਿਆਂ ਵਾਸਤੇ ਇਕਨੋਮਿਕਲ ਐਂਡ ਪਾਕਟ ਫ੍ਰੈਂਡਲੀ ਇਜ਼ ਟੂ ਕਵਰ everything in one course which is master course ਤੁਸੀਂ ਸਾਰੇ ਜੇ ਸਾਡੇ ਨਾਲ ਜੁੜੇ ਹੋਏ ਹੋ ਤੁਹਾਨੂੰ ਸਾਰਿਆਂ ਨੂੰ YouTube ਤੇ ਲੈਕਚਰ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਜਾਣਦੇ ਹੋ ਫੈਕਲਟੀ ਦਾ ਲੈਵਲ کیا ਹੈ ਸਾਡੀ ਕਮਿਟਮੈਂਟਸ ਕਿਵੇਂ ਦੀਆਂ ਨੇ ਮੈਂ ਬਹੁਤ ਜ਼ਿਆਦਾ ਇੱਥੇ ਐਕਸਪਲੇਨ ਨਹੀਂ ਕਰੂੰਗਾ ਮੈਂ ਸਮਝਦਾ ਹਾਂ ਕਿ ਤੁਸੀਂ ਸਾਰੇ ਸਮਝਦਾਰ ਹੋ ਡੈਮੋ ਕਲਾਸਿਸ ਤੁਸੀਂ ਸਾਰੇ ਦੇਖ ਚੁੱਕੇ ਹੋ ਬੱਚੇ ਟਾਈਮ ਹੁਣ ਡਿਸੀਜਨ ਲੈਣ ਦਾ ਹੈ ਕਿ ਮੈਂ ਤਿਆਰੀ ਸ਼ੁਰੂ ਕਰਾਂ ਜਾਂ ਮੈਂ ਹਲੇ ਵੀ ਡੈਮੋ ਦੇਖੀ ਜਾਵਾਂ ਮੈਂ ਹਲੇ ਵੀ ਰਿਲੈਕਸ ਰਵਾਂ ਥੋੜਾ ਜਿਹਾ ਆਪਣੇ ਆਪ ਨੂੰ ਖਿੱਚ ਕੇ ਰੱਖੋ ਬਹੁਤ ਅੱਛਾ ਟਾਈਮ ਹੈ ਬਹੁਤ ਵਧੀਆ ਟਾਈਮ ਹੈ ਪੇਪਰ ਆ ਰਹੇ ਨੇ ਆਈ ਜਾਉਂਗੇ ਅਗਲੇ 4 5 6 ਮਹੀਨੇ ਬਹੁਤ ਵਧੀਆ ਟਾਈਮ ਹੈ ਆਰਾਮ ਨਾਲ ਕਿਤਨਾ ਕਿਤੇ ਵਧੀਆ ਗਵਰਨਮੈਂਟ ਜੌਬ ਲੈ ਕੇ ਤੁਸੀਂ ਲਾਈਫ ਦੇ ਵਿੱਚ ਸੈਟਲ ਹੋ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਡਿਸੀਜਨ ਲੈਣਾ ਪਏਗਾ ਅੱਜ ਕੱਲ ਪਰਸੋਂ ਹੋਰ ਇਸ ਤੋਂ ਜ਼ਿਆਦਾ ਡਿਲੇ ਨਹੀਂ ਕਰਨਾ ਬੱਚੇ 올 ਦਾ ਵੈਰੀ ਬੈਸਟ ਟੂ 올 ਆਫ ਯੂ ਜੇ ਹਲੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਮੈਂ ਇੱਕ ਨੰਬਰ ਦੱਸ ਰਿਹਾ ਤੁਹਾਨੂੰ ਉਸ ਨੰਬਰ ਤੇ ਆਰਾਮ ਨਾਲ ਕਾਲ ਕਰੋ ਆਪਣੇ ਸਾਰੇ ਡਾਊਟਸ ਕਲੀਅਰ ਕਰੋ ਦਿਮਾਗ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ ਕਿ ਭਾਈ ਸਰ ਮਤਲਬ ਜਿਵੇਂ ਫੀਚਰਸ ਦੇ ਵਿੱਚ ਕਾਫੀ ਬੱਚਿਆਂ ਨੂੰ ਡਾਊਟ ਹੁੰਦੇ ਹਨ ਨਾ ਕਿ ਸਰ ਕਲਾਸ ਕਿਸ ਟਾਈਮ ਤੇ ਹੋਇਆ ਕਰੇਗੀ ਸਰ ਰਿਕਾਰਡਡ ਹੋਇਆ ਕਰੇਗੀ ਜਾਂ ਫਿਰ ਸਰ ਨੋਟਸ ਕਿਵੇਂ ਮਿਲਿਆ ਕਰੂਗੇ ਸਰ ਪ੍ਰੈਕਟਿਸ ਕਿਵੇਂ ਹੋਇਆ ਕਰੂਗੀ ਸਰ ਟੈਸਟ ਸੀਰੀਜ਼ ਇਨਕਲੂਡਡ ਹੈ ਜਾਂ ਨਹੀਂ ਹੈ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਤੁਹਾਨੂੰ ਸਾਰਿਆਂ ਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਦੇ ਪਾਉਂਗੇ ਉਹਦੇ ਵਾਸਤੇ ਇੱਕ ਨੰਬਰ ਮੈਂ ਇੱਥੇ ਲਿਖਣ ਲੱਗਿਆ ਉਸ ਨੰਬਰ ਤੇ ਤੁਸੀਂ ਕਾਲ ਕਰਨਾ ਹੈ ਸਾਰੀ ਇਨਫਰਮੇਸ਼ਨ ਤੁਹਾਨੂੰ ਦਿੱਤੀ ਜਾਏਗੀ ਨੰਬਰ ਹੈ 9353000041 ਏ ਨੰਬਰ কমল सरदा है कमल सर ਨੂੰ ਤੁਸੀਂ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ কমল ਸਰ ਤੁਹਾਨੂੰ ਸਾਰਾ ਸਮਝਾਣਗੇ ਕੋਰਸ ਦਾ ਪ੍ਰੋਸੈਸ ਕਿਵੇਂ ਹੈ ਕੀ ਕੀ ਸਾਰੀ ਚੀਜ਼ਾਂ ਨੇ एवरीथिंग ਇਨ ਡੀਟੇਲ ਕੈਨ ਬੀ ਯੂ نو ਡਿਸਕਸਡ ਵਿਦ কমল ਸਰ थैंक यू वेरी मच ਬੱਚੇ ਜੇ ਹਲੇ ਵੀ ਕੋਈ ਡਾਊਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਜਾਂ ਕਿਸੇ ਵੀ ਚੈਨਲ ਦੇ ਥਰੂ ਸਾਨੂੰ ਕੰਟੈਕਟ ਕਰ ਲੋ थैंक यू वेरी मच 올 द वेरी बेस्ट